ਕੀਤਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਤੋਂ ਮੈਂ ਹੁਣ ਸਨਿਮਰ ਬੇਨਤੀ ਕਰ ਰਿਹਾ, ਸਾਡੇ ਜਿਹੜੇ ਅੱਜ ਦੇ ਸਮਾਗਮ ਦੇ ਵਿੱਚ ਪ੍ਰਧਾਨਗੀ ਕਰ ਰਹੇ ਨੇ ਪੰਜਾਬ ਦੇ ਰਫੀ ਸਰਦਾਰ ਇਸ਼ਪਾਲ ਸਿੰਘ ਜੀ ਪਾਲ ਸਾਹਿਬ, ਸਰਪ੍ਰਸਤ ਸ਼੍ਰੋਮਣੀ ਪੰਥਕ ਕਵੀ ਸਭਾ, ਉਹਨਾਂ ਨੂੰ ਸਨਿਮਰ ਬੇਨਤੀ ਹੈ ਕਿ ਆਪਣੇ ਗੀਤ ਨਾਲ ਹਾਜ਼ਰੀ ਲਗਵਾਉਣ ਤੇ ਸਾਰਿਆਂ ਦਾ ਧੰਨਵਾਦ ਕਰਨ। ਸਤਿਕਾਰਯੋਗ ਸਰਦਾਰ ਇਸ਼ਪਾਲ ਸਿੰਘ ਜੀ ਪਾਲ ਸਾਹਿਬ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹਾਂਜੀ ਪਾਲ ਸਾਹਿਬ, ਮਾਨਯੋਗ ਪੁੱਜੇ ਹੋਏ ਪਤਵੰਤੇ ਸਰੋਤਿਓ ਔਰ ਸ਼ਾਹ ਸਾਹਿਬਾਨ, ਸਭ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਦੀਪ ਸਿੰਘ ਦੀਪ ਯਾਦਗਾਰ ਕਮੇਟੀ ਵੱਲੋਂ ਇਹ ਜੋ ਹਰ ਸਾਲ ਉਪਰਾਲਾ, ਉਹਦੇ ਚੇਅਰਮੈਨ ਸਾਡੇ ਮਹਾਨ ਸ਼ਾਇਰ, ਪ੍ਰਸਿੱਧ ਪੰਥਕ ਸ਼ਾਇਰ ਡਾਕਟਰ ਹਰੀ ਸਿੰਘ ਜਾਚਕ ਜੀ ਕਰਦੇ ਹੈ, ਉਹਨਾਂ ਬਾਰੇ ਜਿੰਨੇ ਲਫ਼ਜ਼ ਕਹੋ ਉਨੇ ਹੀ ਥੋੜੇ ਹੈ। ਜਾਚਕ ਸਾਹਿਬ, ਤੁਹਾਡੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਜਿਨ੍ਹਾਂ ਨੂੰ ਕਵਿਤਾ ਬਾਰੇ ਪਤਾ ਵੀ ਨਹੀਂ ਸੀ ਜਰਾ ਵੀ, ਉਹਨਾਂ ਨੂੰ ਤੁਸੀਂ ਕਵਿਤਾ ਲਿਖਣ ਲਈ ਲਾਇਆ। ਔਰ ਇੰਨੇ ਸਾਲ ਹੋ ਗਏ ਤੁਹਾਨੂੰ ਇਹ ਕਵੀ ਦਰਬਾਰ ਸ਼ੁਰੂ ਕਰਦੇ ਹਾਂ ਔਰ ਇਹ ਕਵੀ ਦਰਬਾਰ ਕਰਦੇ ਹਾਂ। ਮੈਂ ਸਮਝਦਾ ਕਿ ਇੱਕ ਸਕੂਲ ਤੋਂ ਤੁਸੀਂ ਸ਼ੁਰੂ ਹੋਏ ਸੀ ਔਰ ਸਕੂਲ ਤੋਂ ਬਾਅਦ ਹੁਣ ਤੁਸੀਂ ਇਸ ਵੇਲੇ ਇੱਕ ਕਾਲਜ ਦੀ ਅਵਸਥਾ ਦੇ ਵਿੱਚ ਹੋ, ਔਰ ਉਹ ਦਿਨ ਦੂਰ ਨਹੀਂ ਜਿੱਦਣ ਇਹ ਪਰਮਦੀਪ ਸਿੰਘ ਦੀਪ ਯਾਦਗਾਰੀ ਕਮੇਟੀ ਦਾ ਜਿਹੜਾ ਕਵੀ ਦਰਬਾਰ ਤੁਸੀਂ ਕਰਦੇ ਹੈ ਔਰ ਕਾਰਜਸ਼ਾਲਾ ਇੰਨੀਆਂ ਲਾਉਂਦੇ ਹੈ, ਇਹ ਇੱਕ ਯੂਨੀਵਰਸਿਟੀ ਦਾ ਰੂਪ ਜਿਹੜਾ ਉਹ ਅਖਤਿਆਰ ਕਰ ਲਏਗਾ, ਇਹ ਸਾਡੀ ਕਾਮਨਾ ਸਾਡੇ ਸਾਰਿਆਂ ਦੀ। ਤੋਂ ਮੈਂ ਸਮਝਦਾ ਕਿ ਪਰਮਦੀਪ ਸਿੰਘ ਦੀਪ ਸਾਡੇ ਚੋਂ ਗਿਆ ਨਹੀਂ, ਸਾਡੇ ਵਿੱਚ ਹੀ ਹੈ ਇਸ ਵੇਲੇ, ਕਿਉਂਕਿ ਜਿਹੜਾ ਬੁਝਿਆ ਦੀਪ ਹੈ ਉਹ ਜਗਾ ਨਹੀਂ ਸਕਦਾ ਕਿਸੇ ਨੂੰ। ਪਰਮਦੀਪ ਸਿੰਘ ਦੀਪ ਜਗਦਾ ਪਿਆ, ਤਾਂਹੀਓ ਇਹ ਸੈਕੜੇ ਦੀਪ ਪਰਮ ਸਿੰਘ ਦੀਪ ਦੀ ਯਾਦ 'ਚ ਤੁਸੀਂ ਉਹਨਾਂ ਨੂੰ ਜਗਾ ਰਹੇ ਹੋ। ਤੋਂ ਮੈਂ ਸਮਝਦਾ ਇਸ ਤੋਂ ਵੱਡੀ ਵੱਡੀ ਸ਼ਰਧਾਂਜਲੀ ਕੋਈ ਦੇ ਨਹੀਂ ਸਕਦਾ ਉਹਨਾਂ ਨੂੰ। ਡਾਕਟਰ ਗੁਰਪਾਲ ਸਿੰਘ ਜੀ ਬਹੁਤ ਵਿਦਵਤਾ ਭਰਪੂਰ ਹੁਣੇ ਬੋਲ ਰਹੇ ਸਨ, ਸਰਦਾਰ ਸਤਨਾਮ ਸਿੰਘ ਸਾਲੋਪੁਰੀ ਜੀ ਉਹ ਵੀ ਬੋਲੇ, ਬੜਾ ਵਿਵਤਾ ਭਰਪੂਰ ਉਹਨਾਂ ਨੇ ਆਪਣੇ ਵਿਚਾਰ ਸਾਡੇ ਸਾਹਮਣੇ ਰੱਖੇ ਨੇ, ਆਪਣੇ ਬੇਟੇ ਦੀਆਂ ਗੱਲਾਂ ਵੀ ਕੀਤੀਆਂ। ਔਰ ਉਹ ਤੋਂ ਬਾਅਦ ਮੈਂ ਇੱਕ ਖਾਸ ਤੌਰ 'ਤੇ ਡਾਕਟਰ ਜਾਚਕ ਸਾਹਿਬ ਗੱਲ ਕਰਨੀ ਚਾਹੁੰਦਾ ਕਿ ਡਾਕਟਰ ਕੁਲਦੀਪ ਸਿੰਘ ਦੀਪ ਜੀ ਨੇ ਜੋ ਅੱਜ ਕੀਤਾ ਹੈ ਨਾ, ਜੋ ਉਹਨਾਂ ਨੇ ਅੱਜ ਕਿਹਾ, ਮੈਂ ਸੱਚੀ ਗੱਲ ਦੱਸਦਾ ਪਿਆ, ਮੈਂ ਉਹਦੇ ਬਾਰੇ ਕੁਛ ਕਹਿ ਹੀ ਨਹੀਂ ਸਕਦਾ ਜਿੰਨਾ ਕੁਛ ਉਹ ਕਹਿ ਗਏ ਆ। ਚਾਹੇ ਉਹ ਗੱਲ ਕਰਕੇ ਗਏ ਅਲਫਰਡ ਨੋਬਲ ਦੀ, ਉਹਦੇ ਡਾਇਨਾਮਾਈਟ ਦੀ ਗੱਲ ਕੀਤੀ, ਚਾਹੇ ਸੰਵੇਦਨਸ਼ੀਲਤਾ ਤਾਂ ਸੰਵੇਦਨਹੀਨਤਾ ਦੀ ਗੱਲ ਕੀਤੀ, ਚਾਹੇ ਓਬਾਮਾ ਦੀ ਗੱਲ ਕੀਤੀ, ਓਸਾਮਾ ਦੀ ਗੱਲ ਕੀਤੀ, ਕਿਤੇ ਘੋੜੇ ਦੀ ਗੱਲ ਕੀਤੀ, ਕਿਤੇ ਰਾਜੇ ਦੀ ਗੱਲ ਕੀਤੀ। ਤੋਂ ਮੈਂ ਸਮਝਦਾ ਇੰਨੀ ਸਰਲ ਭਾਸ਼ਾ ਦੇ ਵਿੱਚ ਇੰਨੀਆਂ ਔਖੀਆਂ ਗੱਲਾਂ ਸਾਡੇ ਨਾਲ ਉਹ ਕਰਕੇ ਗਏ ਹੈ, ਉਹਨਾਂ ਨੂੰ ਜਿੰਨਾ ਵੀ ਉਹਨਾਂ ਦਾ ਅਸੀਂ ਧੰਨਵਾਦ ਕਰੀਏ, ਮੈਂ ਸਮਝਦਾ ਬਹੁਤ ਥੋੜ੍ਹਾ। ਉਹਨਾਂ ਨੇ ਬਹੁਤ ਵਧੀਆ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਇੱਕ ਗੱਲ ਕਰਕੇ ਮੈਂ ਆਪਣੀ ਰਚਨਾ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗਾ। ਤੁਹਾਡਾ ਜਿਹੜਾ ਇਹ ਕਵੀ ਦਰਬਾਰ ਹੈ, ਇਹਦੇ 'ਚ ਬੋਲਣ ਲਈ ਜਿੰਨੇ ਵੀ ਸ਼ਾਇਰ ਸਾਹਿਬਾਨ, ਸਾਡੀਆਂ ਬੱਚੀਆਂ, ਸਾਡੇ ਬੱਚੇ ਜਿਹੜੇ ਆ ਰਹੇ ਆ ਨਾ, ਉਹ ਬੜੇ ਮਹੱਤਵਪੂਰਨ ਬਣਦੇ ਆ। ਮੈਨੂੰ ਪਤਾ, ਮੈਂ ਕੱਲ ਹੀ ਇੰਜੀਨੀਅਰ ਕਰਮਜੀਤ ਸਿੰਘ ਨੂਰ ਸਾਹਿਬ ਤੇ ਜੋਗਿੰਦਰ ਸਿੰਘ ਕੰਗ ਹੋਣੀ ਤੁਹਾਡੇ ਲੁਧਿਆਣੇ ਦੇ ਸ਼ਾਇਰ ਹੈ, ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ। ਮੈਂ ਕਿਹਾ ਵੀ ਗੱਲ ਇਹ ਹੈ, ਕੋਈ ਕਹਾਣੀ ਲਿਖੇ ਤੇ ਉਹਨੂੰ ਦੂਜਾ ਪੁੱਛਦਾ ਹੁੰਦਾ ਸੀ ਕੋਈ ਕਹਾਣੀਕਾਰ ਕਿੱਡਾ ਕ ਹੈ, ਤੇ ਨਾਲ ਖੜਾ ਕਹਾਣੀਕਾਰ ਕਹਿੰਦਾ ਸੀ ਇਹਦੀ ਕਹਾਣੀ ਪ੍ਰੀਤ ਲੜੀ 'ਚ ਵੀ ਛਪਦੀ ਹੈ, ਤੇ ਜਾਂ ਕਹਿਣਾ ਅੰਮ੍ਰਿਤਾ ਪ੍ਰੀਤਮ ਦੀ ਨਾਗਮਣੀ 'ਚ ਛਪਦੀ ਹੈ। ਫਿਰ ਉਹ ਮਹੱਤਵਪੂਰਨ ਉਹਨੂੰ ਅਸੀਂ ਸਮਝਣ ਲੱਗ ਪੈਂਦੇ ਸੀ। ਇਸੇ ਤਰ੍ਹਾਂ ਇਹ ਜਿਹੜਾ ਤੁਹਾਡਾ ਕਵੀ ਦਰਬਾਰ ਹੈ, ਇਹਦੇ 'ਚ ਆਉਣਾ ਆਪਣੇ ਆਪ 'ਚ ਹੀ ਇੱਕ ਬੜਾ ਮਹੱਤਵਪੂਰਨ ਹੈ, ਇਹਦੇ ਲਈ ਵੀ ਤੁਸੀਂ ਪ੍ਰਸ਼ੰਸਾ ਦੇ ਪਾਤਰ ਹੋ। ਬਹੁਤ ਬਹੁਤ ਧੰਨਵਾਦ ਪਾਲ ਸਾਹਿਬ।
तो मैं हुण ज्यादा वक्त नहीं लाउणा क्योंकि वक्त अगे बहुत ज्यादा हो गया है। साडे शायर होए ने स्वर्गवासी मिंदर सिंह बाबा जी दिल्ली दे सन, और सरदार अजीत सिंह अजीत शाह बाद मारकंडे दे सन। तुहाडे वल्लों जो हुक्म होया मैं दो दो चार चार शेर उन्हां दे कह के तुहां तों खिमा चाहवांगा। एक बार फिर आओ गज के फतेह बुलाओ, वाहिगुरु जी का खालसा वाहिगुरु जी की फतेह। तेग बहादुर साहब महाराज का 400 साल असीं मना रहे हैं पवित्र दिहाड़ा। तो लिखते ने औरंगाबाद औरंगे दी कबर उत्ते मिट्टी घट्टा मजार नू कजदा है, पर नौवे पातशाह दा सोना गुरुद्वारा सोने चांदी दे कलसा नाल सजदा है। इधर लखां प्राणी पै करन सेवा, उधर कबर ते झाड़ू ना वजदा है। इधर गुरु का लंगर अतुट वरते, उधर कीड़ियां नू अन्न ना लभदा है। औरंगजेब दे मथे ते दाग इन्ने, जेनू जमुना दा पानी नहीं धो तो सकदा, पर गुरु तेग बहादुर नू जपण वाला कदे नरकां दा भागी नहीं हो सकता। वाह पाल साहब वाह। तो साध संग जी एक रचना छोटी जी तुहाडे नाल सांझी करदा, सुनना जरा, हो सके तां तुसी नाल गाउण दी कोशिश करियो। गुरु तेग बहादुर सिमरिया घर नौ निध आवै ताए, सब थाई होई सहाय। गुर तेग बहादुर प्यारा दिल्ली दे दिल विच बोलिया। वाह जी वाह। गुर तेग बहादुर प्यारा दिल्ली दे दिल विच बोलिया, दुखियां दा दिली सहारा दिल्ली दे दिल विच बोलिया। जग नू चानण वंडन वाला चौक चांदनी आया, देश धर्म दे राखे सतगुर आण चौकड़ा लाया। वाह की संत न्यारा दिल्ली दे दिल विच बोलिया, गुर तेग बहादुर प्यारा दिल्ली दे दिल विच बोलिया। अगला शेर है, हर गोबिंद दे नैणा दा एक तार ने आया तारा, तपते आग दया दी मूरत शीतलता दी तारा, कट कट दी जानन हारा दिल्ली दे दिल विच बोलिया, गुर तेग बहादुर प्यारा दिल्ली दे दिल विच बोलिया। गल विच माला मुख च बाणी नैनी मस्ती छाई, देश दे कष्ट मिटावन दे लई जान दी बाजी लाई, डुबिया दा तारण हारा दिल्ली दे दिल विच बोलिया, दुखिया दा दिली सहारा दिल्ली दे दिल विच बोलिया। एक खास है जाचक साहब, वाह जी वाह। धर्म दे राखे पिछा नहीं हट दे, जबर जुलम तो डर के सीस कटावन आया, सतगुर सीस तली ते तर के, ए अजब अजीत नजारा दिल्ली दे दिल विच बोलिया, गुर तेग बहादुर प्यारा
दिल्ली दे दिल विच बोलिया चार सौ साल जन्म दिवस अज नौवें गुरु दयाया उस दे कर विच नौन दिया गई जिसने ओनू त्याया ए दाता देवनहारा दिल्ली दे दिल विच बोलिया गुर तेग बहादुर प्यारा दिल्ली दे दिल विच बोलिया दुखियां दा दिली सहारा दिल्ली दे दिल विच बोलिया। वाह जी पाल साहब वाह, बोले सोनिहाल सत श्री अकाल, बहुत बहुत।